ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ ਔਰ ਬੈਲ ਆਈਕਨ ਵੀ ਦਬਾਓ ਸਾਡੀਆਂ ਲੇਟੈਸਟ ਵੀਡੀਓ ਦੇਖਣ ਲਈ। ਆਪਣੇ ਕੋਲੇ 3-4 ਮਹੀਨੇ ਸੰਘਰਸ਼ ਦੇ, ਜੇਕਰ ਆਪਾਂ ਇਕੱਠੇ ਹੋ ਕੇ ਇੱਕ ਤਕੜਾ ਸਟੈਪ ਚੱਕ ਕੇ, ਜਿਵੇਂ ਦਿੱਲੀ ਦੀ ਗੱਲ ਹੋਈ ਸੀ, ਆਪਾਂ ਦਿੱਲੀ ਪਹਿਲਾਂ ਵੀ ਜਾ ਕੇ ਆਏ ਜਾਂ ਸੈਫੀ ਦਫ਼ਤਰ, ਆਪਾਂ ਵੱਧ ਚੜ੍ਹ ਕੇ ਹਿੱਸਾ ਲਈਏ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹ ਸੰਘਰਸ਼ ਜਾਈਏ। ਤਾਂ 3-4 ਮਹੀਨੇ, ਜੇਕਰ ਇਹਨਾਂ ਮਹੀਨਿਆਂ 'ਚ ਆਪਾਂ ਸੰਘਰਸ਼ ਕਰਕੇ ਪੈਸਾ ਸ਼ੁਰੂ ਕਰਾ ਲਿਆ ਤਾਂ ਕਰਾ ਲਿਆ, ਨਹੀਂ ਬਹੁਤ ਲੰਮਾ ਜਾਓ, ਇਹ ਆਪਾਂ ਨੂੰ ਵੀ ਪਤਾ ਹੈ। ਕਿਉਂਕਿ ਪਿਛਲੀ ਵਾਰ ਆਪਣਾ ਸੰਘਰਸ਼ ਕਾਫੀ ਤੇਜ਼ ਸੀ, ਜਦੋਂ ਆਪਣੇ ਪੰਜਾਬ ਦੇ ਵਿੱਚ MLA ਦੇ ਇਲੈਕਸ਼ਨ ਸੀ, ਇੱਥੋਂ ਤੱਕ ਕਿ ਆਪਾਂ ਹਰ ਰੈਲੀਆਂ ਦੇ ਵਿੱਚ ਇਹਨਾਂ ਨੂੰ ਘੇਰਨਾ ਸ਼ੁਰੂ ਕਰਤਾ ਸੀ ਕਿ ਆਪਾਂ ਨੂੰ ਉਹੀ ਸਟੈਪ ਚੱਕਣੇ ਪੈਣਗੇ। ਉਦੋਂ ਆਪਾਂ ਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ, ਲੇਕਿਨ ਵਿਸ਼ਵਾਸ 'ਤੇ ਖਰੇ ਨਹੀਂ ਉਤਰੇ। ਹੁਣ ਜੇਕਰ ਆਪਾਂ ਇਹਨਾਂ ਨੂੰ ਰੈਲੀਆਂ 'ਚ ਘੇਰਾਂਗੇ ਤਾਂ ਆਪਾਂ ਇਹ ਕਹਾਂਗੇ ਵੀ ਸਾਡੇ ਇਲੈਕਸ਼ਨ ਤੋਂ ਪਹਿਲਾਂ ਸ਼ੁਰੂ ਕਰਵਾਓ, ਕਿਉਂਕਿ ਉਦੋਂ ਕੈਪਟਨ ਨੇ ਕਾਫੀ ਜਗ੍ਹਾ 'ਤੇ ਬੋਲਿਆ ਸੀ। ਫਰੀਦਕੋਟ ਵੀ ਅਸੀਂ ਗਏ ਸੀ, ਅਸੀਂ ਵੀਡੀਓ ਵੀ ਬਣਾਈ ਸੀ। ਕੈਪਟਨ ਨੇ ਕਿਹਾ ਸੀ ਵੀ ਜੇਕਰ ਸਾਡੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਪਰਲ ਪੀੜਤਾਂ ਦੇ ਪੈਸੇ, ਪਹਿਲ ਦੇ ਆਧਾਰ 'ਤੇ ਮੁੱਦਾ ਹੋਊਗਾ ਵੀ ਪਹਿਲਾਂ ਆਉਣ ਸਾਰ ਮੈਂ ਪਰਲ ਪੀੜਤਾਂ ਦੇ ਪੈਸੇ ਸ਼ੁਰੂ ਕਰਵਾਊਂਗਾ। ਉਹ ਲਾਹਾ ਲੈ ਗਿਆ, ਕਿਉਂਕਿ ਜਾਣ ਸੇਖ ਦੀ ਆਪਾਂ ਨੂੰ ਵੀ ਪਤਾ ਸੀ ਵੀ ਆਮ ਆਦਮੀ ਪਾਰਟੀ ਦੇ ਲੱਗਦੇ ਸੀ, ਅਤੇ ਉਹ ਸਟੇਜਾਂ 'ਤੇ ਉਹਨੇ ਬੋਲਣਾ ਸ਼ੁਰੂ ਕਰਤਾ ਵੀ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਪੰਜਾਬ ਦੇ ਵਿੱਚ 25 ਲੱਖ ਪਰਿਵਾਰ ਪੀੜਤ ਹੈ। ਅਤੇ ਕਿਤੇ ਨਾ ਕਿਤੇ ਆਪਣੇ ਲੋਕਾਂ ਨੇ ਉਸ ਗੱਲ ਤੋਂ ਭਾਵੁਕ ਹੋ ਕੇ ਉਹਦਾ ਸਮਰਥਨ ਵੀ ਕੀਤਾ, ਪਰ ਉਹਨਾਂ ਨੇ ਨਹੀਂ ਕੁਛ ਸੋਚਿਆ। ਪਰ ਹੁਣ ਆਪਾਂ ਕੋਸ਼ਿਸ਼ ਕਰੀਏ ਵੀ ਇਲੈਕਸ਼ਨ ਨੇੜੇ ਹੈ ਵੀ ਆਪਾਂ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰੀਏ। ਉਮੀਦ ਹੈ ਵੀ ਜੇਕਰ ਆਪਾਂ ਸੰਘਰਸ਼ ਕਰਦੇ ਹਾਂ ਤਾਂ ਆਪਣੇ ਪੈਸੇ ਇਹ ਇਲੈਕਸ਼ਨ ਹੋਣ ਤੋਂ ਪਹਿਲਾਂ ਇਹ 50% ਆਪਾਂ ਨੂੰ ਦੇ ਕੇ ਜਾਣਗੇ। ਅਤੇ ਬਾਕੀ ਹੁਣ ਬੇਨਤੀ ਕਰਦੇ ਹਾਂ ਇਸ ਜਥੇਬੰਦੀ ਦੀ ਚੇਅਰਮੈਨ, ਲੇਡੀਜ਼ ਵਿੰਗ ਦੀ ਚੇਅਰਮੈਨ ਮੈਡਮ ਰਾਜਵਿੰਦਰ ਕੌਰ ਜੀ, ਉਹ ਆ ਕੇ ਆਪਣੇ ਨਾਲ ਵਿਚਾਰ ਸਾਂਝੇ ਕਰਨ। ਸਾਰੇ ਮੇਰੇ ਵੀਰਾਂ ਅਤੇ ਮੇਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਉਹ ਅੱਜ ਮੀਟਿੰਗ ਦੇ ਵਿੱਚ ਪਹੁੰਚੇ ਆ ਮੇਰੀਆਂ ਭੈਣਾਂ ਅਤੇ ਮੇਰੇ ਵੀਰ, ਉਹਨਾਂ ਨੇ ਹੈ ਵੀ ਪੈਸੇ ਲੈਣੇ ਆ, ਉਹਨਾਂ ਨੂੰ ਤੜਫ ਹੈਗੀ ਜਿਨ੍ਹਾਂ ਦੇ ਪੈਸੇ ਲਵਾਏ ਆ, ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਆ। ਇਹ ਆਪਾਂ ਕਹਿੰਦੇ ਹਾਂ ਵੀ ਪੈਸੇ ਮਿਲ ਜਾਣ ਤਾਂ ਆਪਾਂ ਦਵਾਈਏ ਭੱਜੇ ਫਿਰਦੇ ਹਾਂ, ਜਿਹੜੇ ਹੁਣ ਘਰਾਂ 'ਚ ਬੈਠੇ ਆ ਉਹਨਾਂ ਨੂੰ ਆਏ ਆ ਵੀ ਪੈਸੇ ਤੁਰੇ ਫਿਰਦੇ ਪੈਸੇ ਮਿਲ ਜਾਣਗੇ। ਇੱਕ ਨੰਬਰ, ਸੋਰੀ ਵੀਰ ਪਹਿਲਾਂ ਭੁੱਲ ਗਈ, ਪਹਿਲਾਂ ਸਾਰੇ ਮੇਰੇ ਵੀਰਾਂ ਅਤੇ ਭੈਣਾਂ ਨੂੰ ਵਧਾਈ ਦਿੰਦੀ ਹਾਂ ਮੈਂ ਵੀ ਆਪਾਂ ਪੇਮੈਂਟਾਂ ਜਿਹੜੇ 2500 ਵਾਲੇ ਸ਼ੁਰੂ ਕਰਵਾਏ ਸੀਗੇ, ਆਪਣਾ ਜਿਹੜਾ 3 ਸਾਲ 3.5 ਸਾਲ ਹੋ ਗਏ ਜਿਹੜਾ ਆਪਾਂ ਭੱਜੇ ਫਿਰਦੇ ਆ, ਘਰ ਬਾਰ ਛੱਡ ਕੇ ਪੈਸਾ ਪੱਲਾ ਲਾ ਪੱਲੋਂ ਲਾ ਕੇ ਸਪੈਂਡ ਕਰਦੇ ਹਾਂ, ਉਹਦਾ ਆਪਣਾ ਦੂਰ ਥੋੜ੍ਹਾ ਥੋੜ੍ਹਾ ਜਿਵੇਂ ਕਹਿੰਦੇ ਨਾ ਬੂੰਦ ਬੂੰਦ ਨਾਲ ਘੜਾ ਭਰਦਾ, ਥੋੜ੍ਹਾ ਜਿਹਾ ਸ਼ੁਰੂ ਹੋ ਗਿਆ। ਮੇਰੇ ਖੁਦ ਆਪਣੇ ਅਤੇ ਮੇਰੀ ਆਪਣੀ ਟੀਮ ਦੇ ਬਠਿੰਡੇ ਪੈਸੇ ਆ ਗਏ ਆ, ਮੈਂ ਪਾਏ ਵੀ ਆ ਵੀ ਇਹਦੇ ਗਰੁੱਪ ਦੇ ਵਿੱਚ ਵੀ, ਉਹਨਾਂ ਦੇ ਪੈਸੇ ਜਿਹੜੇ ਹੈਗੇ ਸੀ ਪਾਏ ਸੀ ਆਪਣੀਆਂ ਜਿਵੇਂ ਫੋਟੋ ਸਟੇ। ਪਹਿਲਾਂ 2 ਮਹੀਨੇ ਦਾ ਟਾਈਮ ਮਿਲਿਆ ਸੀ ਆਪਾਂ ਨੂੰ, ਮਹੀਨਾ ਹੋਰ ਦੇਤਾ ਸੀ, 3 ਮਹੀਨਿਆਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਪਾਲਿਸੀਆਂ ਭੇਜਤੀਆਂ ਉਹਨਾਂ ਦੀਆਂ ਪੇਮੈਂਟਾਂ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਉਸ ਤੋਂ ਬਾਅਦ ਮੈਂ ਵੀਰੇ ਇਹੀ ਕਹਿੰਦੀ ਹਾਂ ਵੀ ਆਪਾਂ ਥੋੜ੍ਹਾ ਜਿਹਾ ਹੋਰ ਹਮਲਾ ਮਾਰੀਏ, ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਵੀ ਜਿਹੜੇ ਏਜੰਟ ਘਰਾਂ 'ਚ ਬੈਠੇ ਉਹਨਾਂ ਨੂੰ ਕਹੋ ਵੀਰੋ ਹੁਣ ਤਾਂ ਆ ਗਏ ਘਰਾਂ 'ਚੋਂ, ਨਿਕਲਿਓ ਬਾਹਰ, ਪੈਸੇ ਮਿਲਣੇ ਆਪਾਂ ਫਿਰ ਹੀ ਮਿਲਣਗੇ। ਜੇ ਘਰਾਂ 'ਚ ਬੈਠੇ ਰਹੇ ਆ ਤਾਂ ਜਿਹੜਾ 100-200 ਬੰਦਾ ਇਹ ਵੀ ਖੀਰ ਬਹਿ ਜਾਂਗੇ ਘਰਾਂ 'ਚ। ਹਰ ਇੱਕ ਨੂੰ ਆਪਣੇ ਬੱਚਿਆਂ ਦੀ ਲੋੜ ਆ, ਪੜ੍ਹਾਈ ਲਿਖਾਈ ਖਰਚਾ, ਜਾਣ ਆਉਣ ਦਾ ਖਰਚਾ, ਤਾਂ ਕਿੰਨਾ ਕੁ ਟਾਈਮ ਤੁਰਾਂਗੇ, ਤੂੰ ਉਹ ਸਾਥ ਦੇਣਗੇ ਤਾਂ ਆਪਾਂ ਇੱਕ ਮੁੱਖੀ ਹੋ ਜਾਂਗੇ, ਮੁੱਖੀ ਵਿੱਚ ਹੀ ਬਹੁਤ ਤਾਕਤ ਆ। ਸਾਰੇ ਰਲ ਮਿਲ ਕੇ ਆਪਾਂ ਹਮਲਾ ਮਾਰੀਏ ਆਪਣੇ ਹੋਰ ਵੀ ਪੈਸੇ, ਜਿਵੇਂ ਹੁਣ ਇੰਨੇ ਕੁ ਮਿਲ ਗਏ ਤਾਂ ਹੋਰ ਵੀ ਵੱਧ ਤੋਂ ਵੀ ਸ਼ੁਰੂ ਹੋ ਜਾਣਗੇ। ਕੱਲ੍ਹ ਸਾਡੀ ਮੀਟਿੰਗ ਸੀ ਬਠਿੰਡਾ ਸੂਬਾ ਕਮੇਟੀ ਦੀ, ਉੱਥੇ ਵੀ ਇਹੀ ਚੱਲੀ ਗਈਆਂ ਗੱਲਾਂ ਬਾਤਾਂ ਵੀ ਆਪਾਂ ਸੈਫੀ ਨੂੰ ਮਿਲਾਂਗੇ, ਸਾਰੇ ਵੀ ਅੱਗੋਂ ਪਲਾਨ ਚੱਲ ਰਹੇ ਹੈਗੇ ਆ ਕਰਾਂਗੇ। ਤਾਂ ਇਸ ਤਰ੍ਹਾਂ ਕਰਕੇ ਮੇਰੇ ਵੀਰ ਤੋਂ ਭੈਣੋ ਬੇਨਤੀ ਆ, ਹੱਥ ਜੋੜ ਕੇ ਵੀ ਅੱਗੇ ਦੀ ਅੱਗੇ ਆਓ,
ਘਰਾਂ ਬੈਠਿਆ ਚ ਨਹੀਂ ਆਪਾਂ ਚੱਲਦਾ ਵੀ ਤੁਸੀਂ ਆਏ ਕਰੋ ਆਏ ਕਰੋ, ਸੁਝਾਅ ਦੇਣ ਦੀ ਕੋਈ ਨਹੀਂ। ਆ ਕੇ ਮੀਟਿੰਗਾਂ 'ਤੇ ਆਓ, ਕੋਈ ਗੱਲਬਾਤ ਹੈਗੀ ਹੈ ਦੱਸੋ ਸਾਰੇ। ਕਈ ਵਾਰੀ ਪਤਾ ਨਹੀਂ ਲੱਗਦਾ ਕੋਈ ਘਰ ਬੈਠਾ ਬੰਦੇ ਸੁਝਾਅ ਦਿੰਦਾ ਉਹੀ ਕੰਮ ਕਰ ਜਾਂਦਾ। ਤਾਂ ਅੱਗੇ ਇਲੈਕਸ਼ਨ ਆ ਰਹੇ ਆ, ਸਾਰਿਆਂ ਨੂੰ ਪਤਾ ਹੁਣ ਮੇਰੇ ਬੀਬੀ ਖੁੱਲ੍ਹ ਕੇ ਗਏ ਆ। ਇਲੈਕਸ਼ਨ ਜੇ ਆਪਾਂ ਸਾਰੇ ਇਕੱਠੇ ਹੋ ਕੇ ਤਾਂ ਉਸ ਬੈਨੀਫਿਟ ਮਿਲ ਜੂ ਆਪਾਂ ਨੂੰ, ਪੈਸੇ ਮਿਲਦੇ ਦੇ ਦੇਣਗੇ ਸਰਕਾਰਾਂ। ਨਹੀਂ ਤਾਂ ਜਿਵੇਂ ਆਪਾਂ 200 ਇੰਨੇ ਨਾਲ ਕੋਈ ਗਿਣਤੀ ਨਹੀਂ ਗੀ, ਨਾ ਪੈਸੇ ਮਿਲਣੇ 5 ਸਾਲ। ਫਿਰ ਆਪਣਾ ਜਿਹੜੇ ਹੁਣ ਉਸ ਤੋਂ ਆਪਣੇ ਜਿਹੜੇ ਪੋਲਸੀਆਂ ਕਾਗਜ਼ ਪੱਤਰ ਆ ਉਹ ਸਾਰੇ ਫਟੇ ਪਏ ਆ, ਉਦੋਂ ਤਾਂ ਫਿਰ ਆਪਣੇ ਕੋਲ ਕੋਈ ਨਿਸ਼ਾਨੀ ਵੀ ਕੁਛ ਵੀ ਨਹੀਂ ਰਹਿਣਾ ਵਾ ਵੀ ਕਿਵੇਂ ਪੈਸੇ ਕਿਸ ਤਰ੍ਹਾਂ ਹੈਗੇ ਆ। ਤਾਂ ਇਹੀ ਵੱਧ ਤੋਂ ਵੱਧ ਮੈਂ ਕਹੂੰਗੀ ਵੀ ਜਿੰਨੇ ਵੀ ਆਪਣੇ ਕੋਲ ਪੂਰੇ ਫਰੀਦਕੋਟ ਆਸੀ ਪਾਸੀ ਪਿੰਡਾਂ ਦੇ ਹੈਗੇ ਆ, ਵੱਧ ਤੋਂ ਵੱਧ ਤੁਸੀਂ ਕੋਸ਼ਿਸ਼ ਕਰੋ। ਇਕੱਲੇ ਮਨਪ੍ਰੀਤ ਵੀਰ ਜੀ ਸੂਬਾ ਦਾ ਬੈਠੇ ਆ, ਇਕੱਲੇ ਇਹਨਾਂ ਦੀ ਡਿਊਟੀ ਨਹੀਂ ਬਣਦੀ ਵੀ ਫੋਨ ਆਪਾਂ ਕਰਨੇ ਅੱਗੇ ਦੀ ਅੱਗੇ ਆ। ਜੇ ਇਹਨਾਂ ਨੇ ਇੱਕ ਜਣੇ ਨੂੰ ਵੀ ਫੋਨ ਕਰਤਾ ਉਹ ਅੱਗੇ ਕਹਾਂ 5 ਬੰਦਿਆਂ ਨੂੰ ਆਪਣੇ ਲਿੰਕ ਦੇ ਵਿੱਚ ਅੱਗੇ ਦੀ ਅੱਗੇ ਕਰੋ ਤਾਂ ਕੱਟ ਬਹੁਤ ਹੋ ਗਏ। ਤਾਂ ਇਹੀ ਸਾਰੇ ਅੱਗੇ ਬੇਨਤੀ ਆ ਵਾਰ ਵਾਰ ਵੀ ਇਕੱਠ ਕਰੋ। ਇਕੱਠ ਦੇ ਵਿੱਚ ਹੀ ਹੈ, ਆਪਾਂ ਦਿੱਲੀ ਵੀ ਜਾਣਾ ਹੈਗਾ, ਪ੍ਰੋਗਰਾਮ ਬਣੀ ਜਾਂਦਾ ਹੈਗਾ, ਤਾਂ ਵੱਧ ਤੋਂ ਵੱਧ ਇਕੱਠ ਦੇ ਵਿੱਚ ਹੀ ਆਪਣਾ ਫਾਇਦਾ ਹੈਗਾ। ਤਾਂ ਪੈਸੇ ਆਪਾਂ ਜਿਹੜੇ ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਲਵਾਈ ਆਪਾਂ ਨੂੰ ਮਿਲ ਜੇ ਤਾਂ ਫਿਰ ਆਪਾਂ ਵੀ ਆਪਾਂ ਜਿਹੜੇ ਆਪਣੇ ਦੇ ਕਲੰਕ ਲੱਗੇ ਆ, ਜਿਹੜੇ ਆਪਾਂ ਨੂੰ ਹੁਣ ਲੋਕ ਠੱਗੀ ਦੱਸਦੇ ਆ, ਕੀਤਾ ਤਾਂ ਆਪਾਂ ਮਾੜਾ ਕੰਮ ਨਹੀਂ, ਆਪਾਂ ਤਾਂ ਚੰਗਾ ਹੀ ਕੀਤਾ ਸੇਵਿੰਗ ਵਾਸਤੇ। ਆਪਾਂ ਵੀ ਆਪਣੇ ਵੀ ਲਾਏ ਆ, ਲੋਕਾਂ ਦੇ ਵੀ, ਲੋਕਾਂ ਨੂੰ ਵੀ ਲਾਲਚ ਸੀ ਵੀ ਸਾਡੇ ਡਬਲ ਹੋ ਜਾਣ, ਤਾਂ ਆਪਾਂ ਨੂੰ ਹੁਣ ਇਹੀ ਕਹਿੰਦੇ ਵੀ ਠੱਗ ਚੱਲੇ ਆ। ਪਰ ਆਪਾਂ ਕਿਸੇ ਦੀ ਪੰਜੀ ਨਹੀਂ ਰੱਖੀ, ਸਭ ਨੂੰ ਪਤਾ ਪੈਸਾ ਜਮ੍ਹਾਂ ਕਰਾ ਕੇ ਅਗਲੇ ਦੇ ਪੋਲਸੀ ਅਗਲੇ ਦੇ ਕੋਲ ਪਈ ਆ। ਤਾਂ ਵੀਰੇ ਜੇ ਉਹ ਆਪਾਂ ਹੁਣ ਜਿੰਨੀ ਕੁ ਆਪਣੀ ਉਮਰ ਹੈਗੀ ਕਿਸੇ ਦਾ ਕੋਈ ਭਰੋਸਾ ਨਹੀਂ, ਕਦੋਂ ਕਿਸੇ ਨੇ ਤੁਰ ਜਾਣਾ, ਤਾਂ ਕੱਲ੍ਹ ਨੂੰ ਦੁਨੀਆ ਆਪਾਂ ਨੂੰ ਆਏ ਨਾ ਕਰੇ ਵੀ ਉਹਨੇ ਤਾਂ ਠੱਗੀ, ਆਪਣੇ ਬੱਚਿਆਂ ਨੂੰ ਕਹੇ ਵੀ ਉਹਨੇ ਤਾਂ ਠੱਗੀ ਮਾਰੀ ਸੀ ਤੇਰੇ ਮਾਂ ਪਿਓ ਨੇ, ਤਾਂ ਵੀ ਆਹ ਕਹੇ ਤੇ ਉਹ ਆਪਾਂ ਜਿਹੜਾ ਕਲੰਕ ਆਪਣੇ ਮੱਥੇ 'ਤੇ ਲੱਗਿਆ ਨਾ ਉਹ ਆਪਾਂ ਉਤਾਰ ਦਈਏ ਪੈਸੇ ਦਵਾ ਕੇ, ਆਪਾਂ ਮਿਹਨਤ ਨਾਲ ਥੋੜ੍ਹਾ ਜਿਹਾ ਹੋਰ ਇਕੱਠ ਵਧਾ ਕੇ ਹਮਲਾ ਮਾਰ ਕੇ। ਤਾਂ ਬਾਕੀ ਜੇ ਕੋਈ ਜਥੇਬੰਦੀ ਜੀ ਨੇ ਦੱਸਦੇ ਵੀ ਤੂੰ ਭੇਜ ਸਾਰਿਆਂ ਨੂੰ, ਉਹ ਇੱਕ ਵਾਰੀ ਨਹੀਂ ਉਹਨਾਂ ਨਾਲ ਗੱਲਬਾਤ ਹੋਈ, 3 ਵਾਰੀ ਉਹਨਾਂ ਨਾਲ ਮਿਲੇ ਆ। ਮਿੱਠੂ ਸਾਹਿਬ ਅਤੇ ਜੌਹਰ ਸਾਹਿਬ ਇੱਕ ਵਾਰੀ ਉੱਥੇ ਬਾਜੇ ਖੰਨੇ ਆਏ, ਫਿਰ ਉਹਨਾਂ ਨੂੰ ਬਠਿੰਡੇ ਫਿਰ ਬੁਲਾਇਆ, SP ਫਿਰ ਬੁਲਾਇਆ, ਉਹ ਉਹਨਾਂ ਦੀ ਮਰਜ਼ੀ ਆ। ਪਰ ਆਪਾਂ ਤਾਂ ਇਕੱਲੇ ਪਰਲ ਪਿੱਛੇ ਹੀ ਆਪਾਂ ਲੜ ਪਈਏ ਘਰਾਂ 'ਚੋਂ ਟਾਈਮ ਕੱਢ ਲਈਏ। ਹੁਣ ਅੱਜ ਮੀਟਿੰਗ ਸੀ ਕਿਸੇ ਕੋਲ, ਅੱਧਾ ਘੰਟਾ ਘੰਟਾ ਹੈ ਨਹੀਂ, ਤਾਂ ਜੇ ਸਾਰੀਆਂ ਆਪਾਂ ਮੀਟਿੰਗਾਂ ਵੀ ਆਪਾਂ ਕੰਪਨੀਆਂ ਪਿੱਛੇ ਲੜੀਏ ਤਾਂ ਕਿੰਨਾ ਪੈਸਾ ਚਾਹੀਦਾ, ਕਿੰਨਾ ਟਾਈਮ ਚਾਹੀਦਾ ਆਪਾਂ ਨੂੰ ਲੜਨ ਵਾਸਤੇ। ਪਰ ਆਪਾਂ ਤਾਂ ਇਹ ਕਹਿੰਦੇ ਹਾਂ ਵੀ ਜਿੰਨਾ ਕਿ ਆਪਣੇ ਜਿਹੜੇ ਆਪਾਂ ਲਵਾਏ ਆ ਪੈਸੇ ਆਪਾਂ ਉਹੀ ਆਪਣਾ ਹੱਕ ਜਿਹੜਾ ਮਿਲ ਜਾਵੇ, ਤਾਂ ਇੰਨਾ ਹੀ ਬਹੁਤ ਬਹੁਤ ਹੈਗਾ ਜਿਹੜਾ ਆਪਾਂ ਨੂੰ ਧੰਨਵਾਦ ਕਰੀਏ ਆਪਾਂ ਸਰਕਾਰਾਂ ਦਾ ਅਤੇ ਜਿਹੜਾ ਕੰਪਨੀ ਵਾਲਿਆਂ ਦਾ, ਤਾਂ ਜਿਹੜੇ ਦੂਜੀਆਂ ਕੰਪਨੀਆਂ ਉਹਨਾਂ ਦਾ ਆਪਾਂ ਨਹੀਂ ਸਾਥ ਦੇ ਸਕਦੇ ਹੈਗੇ। ਤਾਂ ਇੰਨਾ ਕਹਿੰਦੇ ਹੋਏ ਵੀਰੇ ਮੈਂ ਮਾਫ਼ੀ ਮੰਗਦੀ ਹਾਂ ਸਾਰੇ ਅੱਗੇ ਤੋਂ ਅੱਗੇ, ਅੱਜ ਤੋਂ ਹੀ ਫੋਨ ਲਾਉਣੇ ਸ਼ੁਰੂ ਕਰ ਦਿਓ ਜਿਹੜੇ ਘਰਾਂ 'ਚ ਬੈਠੇ ਆ। ਕਾਫ਼ੀ ਸੀਨੀਅਰ ਇੱਥੇ ਹੈਗੇ ਜਿਵੇਂ ਕਮਲ ਜੀ ਵਰਗੇ ਬੈਠੇ, ਕਦੇ ਉਦੋਂ ਬ੍ਰਾਂਚਾਂ ਦੇ ਵਿੱਚ ਕਹਿੰਦੇ, ਮੈਂ ਕਹਿੰਦੀ ਮੈਂ ਤਾਂ ਮੂੰਹ ਤੇ ਵੀ ਕਹਿ ਕੇ ਆਈ ਸੀ ਉਹਨਾਂ ਦੇ, ਵੀ ਉਦੋਂ ਤੁਸੀਂ ਸਟੇਜ 'ਤੇ ਐਡੇ ਐਡੇ ਲੈਕਚਰ ਦਿੰਦੇ ਸੀਗੇ, ਮੈਕ ਦੇ ਅੱਗੇ 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 ਖੜ੍ਹ ਕੇ ਬੋਲਦੇ ਸੀ, 3.5 ਸਾਲ ਹੋ ਗਏ ਤੁਸੀਂ ਅੱਜ ਤੀਕਰ ਕਦੇ ਮੀਟਿੰਗ 'ਤੇ ਨਹੀਂ ਖੜ੍ਹੇ ਗਏ ਆ ਕੇ, ਕੋਈ ਫੰਡ ਨਹੀਂ ਦਿੱਤਾ, ਕੋਈ ਸਾਥ ਨਹੀਂ ਦੇ ਰਿਹਾ, ਕੋਈ ਦਿੱਲੀ ਨਹੀਂ ਜਾ ਰਿਹਾ, ਤਾਂ ਐਂ ਨਹੀਂ ਗਾ। ਇਸੇ ਕਰਕੇ ਮੈਂ ਸਾਰੇ ਵੀਰਾਂ ਨੂੰ, ਕਿਸੇ ਨੂੰ ਕੋਈ ਬੈਠਾ ਵਿੱਚ ਗੁੱਸਾ ਲੱਗੇ ਤਾਂ ਮੈਂ ਮਾਫ਼ੀ ਮੰਗਦੀ ਹਾਂ, ਪਰ ਮੈਂ ਜਿਹੜੇ ਸੱਚ ਆ ਸੱਚ ਹੀ ਬੋਲੂੰਗੀ, ਤਾਂ ਮੈਂ ਕਹੂੰਗੀ ਇੰਨਾ ਮੈਂ ਕਹਿੰਦੀ ਹੋਈ ਜੀ। ਜੈਸ ਕਾ ਲੈ ਅਨਸਾਫ ਦੀ ਚੜ੍ਹਦਾ।